ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਕਿ ਕਿਵੇਂ ਚੈਨਲ ਬਣਾਈਦਾ ਵਾ ਜਾਂ ਕਿਵੇਂ ਚੈਨਲ ਦੇ ਉੱਤੇ ਕੰਮ ਕਰਨਾ ਵਾ ਕਿਵੇਂ ਦਾ ਕੰਟੈਂਟ ਰੱਖਣਾ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਸਭ ਤੋਂ ਜ਼ਰੂਰੀ ਹਿੱਸਾ ਜੀ ਦੇ ਵਾਸਤੇ ਸਾਰੇ ਜਣੇ ਕੰਮ ਕਰਦੇ ਆ YouTube ਦੇ ਉੱਤੇ ਉਹ ਆ ਜੀ ਪੈਸਾ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਵੇਂ ਚੈਨਲ ਨੂੰ ਮੋਨਟਾਈਜ਼ੇਸ਼ਨ ਵਾਸਤੇ ਭੇਜੀਦਾ ਵਾ ਜਿੰਨਾਂ ਜਣਾਂ ਦਾ ਵਾਚ ਟਾਈਮ ਤੇ ਸਬਸਕ੍ਰਾਈਬਰ ਪੂਰੇ ਹੋ ਗਏ ਨੇ ਤੇ ਕਿਵੇਂ ਚੈਨਲ ਨੂੰ ਮੋਨਟਾਈਜ਼ ਵਾਸਤੇ ਭੇਜਣਾ ਵਾ ਕੀ ਕੀ ਉਹਦਾ ਪ੍ਰੋਸੈਸ ਵਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਾਂ ਕਿ ਮੋਨਟਾਈਜ਼ ਮੋਨਟਾਈਜ਼ੇਸ਼ਨ ਵਾਸਤੇ ਭੇਜਣ ਵਾਸਤੇ ਇੱਕ ਤੇ ਤੁਹਾਡੀ ਉਮਰ ਚਾਹੀਦੀ ਆ 18 ਸਾਲ ਤੇ ਦੂਸਰਾ ਤੁਹਾਡੇ ਕੋਲ ਤੁਹਾਡਾ ਵੋਟਰ ਆਈਡੈਂਟੀ ਕਾਰਡ ਜਾਂ ਪਾਸਪੋਰਟ ਜਿਹੜਾ ਜ਼ਰੂਰੀ ਚਾਹੀਦਾ ਵਾ ਆਧਾਰ ਕਾਰਡ ਇਹਦੇ ਵਾਸਤੇ ਜਿਹੜਾ ਵਾ ਉਹ ਮਨਜ਼ੂਰ ਨਹੀਂ ਹੈਗਾ ਇਸ ਕਰਕੇ ਤੁਹਾਨੂੰ ਆਪਣਾ ਵੋਟਰ ਆਈਡੈਂਟੀ ਕਾਰਡ ਜਾਂ ਪਾਸਪੋਰਟ ਇਹ ਤੁਹਾਨੂੰ ਪੇਪਰ ਨਾਲ ਚਾਹੀਦੇ ਆ ਅ ਜਿਨ੍ਹਾਂ ਦੀ ਜਰੂਰਤ ਤੁਹਾਨੂੰ ਅੱਗੇ ਜਾ ਕੇ ਪੈਣੀ ਆ ਜਦੋਂ ਤੁਸੀਂ ਮੋਨਟਾਈਜ਼ੇਸ਼ਨ ਕਰ ਲੈਣਾ ਵਾ ਉਹ ਵੀ ਤੁਹਾਨੂੰ ਅਸੀਂ ਅੱਗੇ ਦੱਸਾਂਗੇ ਤੇ ਹੁਣ ਆਪਾਂ ਮੋਨਟਾਈਜ਼ੇਸ਼ਨ ਲਈ ਚੈਨਲ ਨੂੰ ਭੇਜਦੇ ਆ ਤੇ ਕਿਵੇਂ-ਕਿਵੇਂ ਭੇਜਣਾ ਵਾ ਕੀ-ਕੀ ਉਹਦਾ ਸਟੈਪ ਵਾ ਕੀ-ਕੀ ਉਹਦਾ ਪ੍ਰੋਸੀਜਰ ਆ ਪੂਰਾ ਤੇ ਆਪਾਂ ਤੁਹਾਨੂੰ ਦੱਸਦੇ ਆ ਤੇ ਆਜੋ ਫਿਰ ਚੱਲਦੇ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਤੇ ਅੱਛਾ ਜੀ ਹੁਣ ਅਸੀਂ ਆਪਣੇ ਚੈਨਲ ਨੂੰ ਭੇਜਾਂਗੇ ਮੋਨਟਾਈਜ਼ ਵਾਸਤੇ ਉਹਦੇ ਵਾਸਤੇ ਵੇਖਾਂਗੇ ਕਿ ਉਹਦਾ ਟਾਈਮ ਤੇ ਸਬਸਕ੍ਰਾਈਬਰ ਪੂਰੇ ਹੋ ਗਏ ਨੇ ਤੇ ਨਾਲ ਹੀ ਇਹਨੂੰ 2 ਸਟੈਪ ਵੈਰੀਫਿਕੇਸ਼ਨ ਨੂੰ ਆਨ ਕਰਾਂਗੇ ਕਿਉਂਕਿ 2 ਸਟੈਪ ਵੈਰੀਫਿਕੇਸ਼ਨ ਤੋਂ ਬਿਨਾ ਚੈਨਲ ਮੋਨਟਾਈਜ਼ ਲਈ ਨਹੀਂ ਜਾਏਗਾ ਤੇ ਇਹਨੂੰ ਆਨ ਕਰਾਂਗੇ ਆਪਾਂ 2 ਸਟੈਪ ਵੈਰੀਫਿਕੇਸ਼ਨ ਨੂੰ ਤੇ ਜਿਵੇਂ ਹੀ ਵੈਰੀਫਿਕੇਸ਼ਨ ਆਨ ਕਰ ਲਈਏ ਤੇ ਹੁਣ ਇਹਦਾ ਪਹਿਲਾ ਸਟੈਪ ਜਿਹੜਾ ਵਾ ਉਹ ਸ਼ੁਰੂ ਹੋਏਗਾ ਤਿੰਨ ਸਟੈਪ ਹੁੰਦੇ ਨੇ ਇਹਦੇ ਵਿੱਚ ਤੇ ਪਹਿਲਾ ਸਟੈਪ ਸ਼ੁਰੂ ਕਰਾਂਗੇ ਆਪਾਂ ਇਹਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਟਰਮ ਐਂਡ ਕੰਡੀਸ਼ਨ ਨੇ ਉਹਨਾਂ ਨੂੰ ਆਈ ਐਕਸੈਪਟ ਕਰਾਂਗੇ ਤੇ ਟਰਮ ਐਂਡ ਕੰਡੀਸ਼ਨ ਨੂੰ ਐਕਸੈਪਟ ਕਰਨ ਤੋਂ ਬਾਅਦ ਵਿੱਚ ਸਾਡਾ ਜਦੋਂ ਪ੍ਰੋਸੈਸ ਅੱਗੇ ਚੱਲੇਗਾ ਤੇ ਥੋੜੀ ਜੀ ਸਰਚ ਹੋਣ ਤੋਂ ਬਾਅਦ ਇਹ ਚ ਇਨੇ ਦੱਸ ਦੇਣਾ ਕਿ ਤੁਹਾਡਾ ਪਹਿਲੀ ਜਿਹੜੀ ਆ ਪ੍ਰੋਸੈਸ ਉਹ ਸਟਾਰਟ ਹੋ ਚੁੱਕਿਆ ਇਹਦੇ ਵਿੱਚ ਜਿੰਨੀਆਂ ਵੀ ਟਰਮ ਐਂਡ ਕੰਡੀਸ਼ਨ ਨੇ ਤੁਸੀਂ ਉਹਨਾਂ ਨੂੰ ਅਕਸੈਪਟ ਕਰ ਲੈਣਾ ਵਾ ਮਾਰਕ ਕਰਕੇ ਤੇ ਹੁਣ ਅਸੀਂ ਚੱਲਦੇ ਆ ਅੱਗੇ ਆ ਤੁਸੀਂ ਦੇਖ ਰਹੇ ਜਿਓ ਤੇ ਕਿ ਸਰਚ ਜਿਹੜੀ ਆ ਹੋ ਰਹੀ ਆ ਲੋ ਜੀ ਪਹਿਲਾ ਸਟੈਪ ਸਾਡਾ ਜਿਹੜਾ ਉਹ ਡਨ ਹੋ ਗਿਆ ਕੰਪਲੀਟ ਹੋ ਚੁੱਕਾ ਪਹਿਲਾ ਪ੍ਰੋਸੈਸ ਪਹਿਲਾ ਸਟੈਪ ਸਾਡਾ ਕੰਪਲੀਟ ਹੋ ਚੁੱਕਿਆ ਵਾ ਹੁਣ ਅਸੀਂ ਸੈਕੰਡ ਸਟੈਪ ਵੱਲ ਜਾਵਾਂਗੇ ਤੇ ਸੈਕੰਡ ਸਟੈਪ ਲਈ ਅਸੀਂ ਸਟਾਰਟ ਤੇ ਓਕੇ ਕਰਾਂਗੇ ਜਿੱਦਾਂ ਸਟਾਰਟ ਤੇ ਓਕੇ ਕਰਾਂਗੇ ਸਾਨੂੰ ਪੁੱਛੇਗਾ ਕਿ ਤੁਹਾਡੇ ਕੋਲ ਆਲਰੇਡੀ ਐਡਸਨ ਹੈ ਜਾਂ ਨਹੀਂ ਹੈ ਅਗਰ ਹੈ ਤਾਂ ਤੁਸੀਂ ਯੈਸ ਕਰ ਦੇਣਾ ਅਗਰ ਨਹੀਂ ਹੈ ਤਾਂ ਤੁਸੀਂ ਨੋ ਕਰ ਦੇਣਾ ਨੋ ਕਰਨ ਤੋਂ ਬਾਅਦ ਅਸੀਂ ਕੰਟੀਨਿਊ ਤੇ ਓਕੇ ਕਰਾਂਗੇ ਜਿੱਦਾਂ ਤੁਸੀਂ ਕੰਟੀਨਿਊ ਦੇ ਓਕੇ ਕਰੋਗੇ ਇਹ ਤੁਹਾਨੂੰ ਸਿੱਧਾ ਹੀ ਡਾਇਰੈਕਟ ਜਿਹੜਾ ਰੀਡਾਇਰੈਕਟ ਕਰ ਦੇਗਾ ਐਡਸਨ ਦੇ ਵਿੱਚ ਇਹਦੇ ਵਿੱਚ ਹੁਣ ਤੁਹਾਨੂੰ ਫੇਰ ਉਹ ਪੁੱਛੇਗਾ ਕਿ ਤੁਸੀਂ ਕੀ ਚਾਹੁੰਦੇ ਜੇ ਕਿ ਮੇਲ ਤੁਹਾਨੂੰ ਆਇਆ ਕਰੇ ਹਰ ਇੱਕ ਨੋਟੀਫਿਕੇਸ਼ਨ ਕਿ ਜਾਂ ਨਹੀਂ ਤੇ ਤੁਸੀਂ ਉਹਨੂੰ ਯੈਸ ਜਾਂ ਨੋ ਕਰ ਦੇਣਾ ਫੇਰ ਤੁਸੀਂ ਆਪਣੀ ਕੰਟਰੀ ਨੂੰ ਸਿਲੈਕਟ ਕਰਨਾ ਵਾ ਜਿਹੜੀ ਵੀ ਕੰਟਰੀ ਵਿੱਚ ਤੁਸੀਂ ਬੈਠੇ ਜੇ ਉਸ ਕੰਟਰੀ ਨੂੰ ਤੁਸੀਂ ਸਿਲੈਕਟ ਕਰ ਲੈਣਾ ਤੇ ਕੰਟਰੀ ਨੂੰ ਸਿਲੈਕਟ ਕਰਨ ਤੋਂ ਬਾਅਦ ਵਿੱਚ ਇਹਦੇ ਥੱਲੇ ਵੀ ਕੁਝ ਟਰਮ ਐਂਡ ਕੰਡੀਸ਼ਨ ਆਉਣਗੀਆਂ ਕਿਉਂਕਿ ਪਹਿਲੀਆਂ ਟਰਮ ਐਂਡ ਕੰਡੀਸ਼ਨ ਪਹਿਲੇ ਸਟੈਪ ਦੀਆਂ YouTube ਦੀਆਂ ਹੀ ਸੈਕੰਡ ਜਿਹੜੀਆਂ ਨੇ ਇਹ ਐਡਸਨ ਦੀਆਂ ਨੇ ਐਡਸਨ ਇੱਕ ਥਰਡ ਪਾਰਟੀ ਆ ਜਿਹੜੀ YouTube ਦੇ ਨਾਲ ਮਿਲ ਕੇ ਕੰਮ ਕਰਦੀ ਆ ਤੇ ਅਸੀਂ ਇਹਨੂੰ ਵੀ ਐਕਸੈਪਟ ਕਰ ਲਾਂਗੇ ਤੇ ਇਹਦੇ ਵਿੱਚ ਫਿਰ ਇੱਕ ਛੋਟੀ ਜੀ ਤੁਹਾਨੂੰ ਬੇਸਿਕ ਜੀ ਤੁਹਾਡੇ ਇਨਫੋਰਮੇਸ਼ਨ ਪੁੱਛੇਗਾ ਜਿੰਨੂੰ ਤੁਸੀਂ ਸਬਮਿਟ ਕਰ ਦੇਣਾ ओके okay, जी ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਯਾਦ ਰੱਖਣਾ ਹੈ ਕਿ ਤੁਸੀਂ ਇੰਡੀਵਿਜੂਅਲ ਤੁਸੀਂ ਅਕਾਊਂਟ ਬਣਾਉਣਾ ਹੈ ਇਹਦੇ ਤੇ ਆਲਰੇਡੀ ਇੰਡੀਵਿਜੂਅਲ ਆਏਗਾ ਤੁਸੀਂ ਇੰਡੀਵਿਜੂਅਲੀ ਬਣਾਉਣਾ ਤੇ ਨੇਮ ਦੇ ਉੱਤੇ ਇਹ ਤੁਹਾਡੇ ਚੈਨਲ ਦਾ ਨਾਮ ਆਵੇਗਾ ਜਦੋਂ ਨੇਮ ਆਵੇਗਾ ਚੈਨਲ ਦਾ ਨਾਮ ਆਵੇਗਾ ਜਿੰਨੂੰ ਤੁਸੀਂ ਨਾਮ ਨੂੰ ਕੱਟ ਕੇ ਤੁਸੀਂ ਆਪਣਾ ਨਾਮ ਲਿਖਣਾ ਜਿਹਦੇ ਨਾਮ ਦੇ ਉੱਤੇ ਐਡਸਨ ਬਣਾਉਣਾ ਤੇ ਇਹ ਯਾਦ ਰੱਖੇ ਕਿ ਐਡਸਨ ਜਿਹੜਾ ਵਾ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਦਾ ਜਿਹੜਾ ਵਾ ਬਣਦਾ ਵਾ ਇਸ ਕਰਕੇ ਆਪਣੇ ਡਾਕੂਮੈਂਟ ਆਪਣੇ ਜਿਹੜੇ ਆ ਉਹ ਰੱਖਣੇ ਆ ਕੋਲ ਤੇ ਬਿਲਕੁਲ ਸਹੀ ਨਾਮ ਆਪਣਾ ਤੁਸੀਂ ਦੇਣਾ ਵਾ ਉਹਦੇ ਵਿੱਚ ਇਦਾਂ ਹੀ ਤੁਸੀਂ ਸਾਰਾ ਇਹਨੂੰ ਹੇਠਾਂ ਤੱਕ ਭਰ ਲੈਣਾ ਵਾ ਨਾਮ ਐਡਰੈਸ ਜੋ ਵੀ ਤੁਹਾਡਾ ਐਡਰੈਸ ਹੈ ਇਕੱਲੀ-ਇਕੱਲੀ ਚੀਜ਼ ਉਹਦੇ ਵਿੱਚ ਤੁਸੀਂ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਫਿਲ ਕਰ ਲੈਣੀ ਆ ਤੇ ਆਪਣਾ ਮੋਬਾਈਲ ਨੰਬਰ ਤਾਂ ਕਿ ਜਿਹੜਾ ਕੱਲ ਨੂੰ ਕੋਡ ਆਉਣਾ ਉਹ ਤੁਹਾਡੇ ਐਡਰੈਸ ਤੇ ਆਉਣਾ ਵਾ ਤੇ ਉਹ ਪ੍ਰੋਪਰਲੀ ਤੁਹਾਡੇ ਤੱਕ ਜਿਹੜਾ ਵੀ ਪਹੁੰਚ ਜਾਵੇ ਇਹ ਸਾਡਾ ਚੈਨਲ ਆ ਜੀ ਆਪਣਾ ਸਾਡੇ ਪ੍ਰੀਤ ਭਾਪੀ ਦਾ ਪਿੰਦਰ ਪਿੰਦਰ ਪ੍ਰੀਤ ਵਲੌਗ ਇਹਦੇ ਵਿੱਚੋਂ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਫਿਲ ਕਰ ਦੇਣੀ ਆ ਮੋਬਾਈਲ ਨੰਬਰ ਤੱਕ ਫਿਲ ਕਰ ਦੇਣਾ ਤੇ ਫਿਲ ਕਰਨ ਤੋਂ ਬਾਅਦ ਵਿੱਚ ਹੁਣ ਅਸੀਂ ਚੱਲਦੇ ਹਾਂ ਅੱਗੇ ਇਹ ਸਾਡਾ ਸਾਰਾ ਹੋ ਗਿਆ ఓਪਨ ਓਕੇ ਹੋ ਗਿਆ ਅਸੀਂ ਫਾਰਮ ਪੂਰਾ ਭਰ ਲਿਆ ਵਾ ਹੁਣ ਇਹ ਤੁਹਾਨੂੰ ਰੀਡਾਇਰੈਕਟ ਕਰੇਗਾ ਆਟੋਮੈਟਿਕਲੀ ਰੀਡਾਇਰੈਕਟ ਕਰੇਗਾ ਐਡਸਨ ਦੇ ਉੱਤੇ ਅਗਲੇ ਪ੍ਰੋਸੈਸ ਲਈ ਤੇ ਇਹ ਨੇ ਕਹਿਤਾ ਕਿ ਅਸੀਂ ਹੁਣ ਤੁਹਾਡੀ ਇਨਫੋਰਮੇਸ਼ਨ ਨੂੰ ਰਿਵਿਊ ਕਰਾਂਗੇ ਕੀ ਐਡਸਨ ਜਿੰਨੀ ਵੀ ਇਨਫੋਰਮੇਸ਼ਨ ਦਿੱਤੀ ਗਈ ਹੈ ਉਹ ਸਹੀ ਆ ਇਹਦੇ ਨਾਂ ਦੇ ਉੱਤੇ ਕੋਈ ਹੋਰ ਐਡਸਨ ਤੇ ਨਹੀਂ ਬਣਿਆ ਹੋਇਆ ਓਕੇ ਜੀ ਅਜੇ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੈ ਸੈਕੰਡ ਸਟੈਪ ਐ ਐਡਸਨ ਬਣਾਏ ਨੂੰ ਕੋਈ 4 ਘੰਟੇ ਹੋ ਚੁੱਕੇ ਨੇ ਤੇ ਪ੍ਰੋਸੈਸ ਵਿੱਚ ਚੱਲ ਰਿਹਾ ਤਾਂ ਦੇਖਦੇ ਹਾਂ ਕਦੋਂ ਤੱਕ ਪ੍ਰੋਸੈਸ ਵਿੱਚ ਚੱਲਦਾ ਓਕੇ ਜੀ ਇਹ ਸਾਡਾ ਸੈਕੰਡ ਸਟੈਪ ਡਨ ਹੋ ਗਿਆ ਵਾ 4 ਘੰਟਿਆਂ ਬਾਅਦ ਹੁਣ ਤੀਸਰਾ ਸਟੈਪ ਜਿਹੜਾ ਇਹ ਸ਼ੁਰੂ ਹੋ ਗਿਆ ਇਹ ਰਿਵਿਊ ਕਰ ਰਿਹਾ ਇਹਦੇ ਵਿੱਚ ਇਹ ਸਾਡੀਆਂ ਸਭ ਵੀਡੀਓ ਨੂੰ ਤੇ ਡਾਟੇ ਨੂੰ ਰਿਵਿਊ ਕਰੇਗਾ ਤੇ ਇਹ ਸਾਡਾ ਅਗਲਾ ਸਟੈਪ ਤੇ ਸਾਡਾ ਚੈਨਲ ਮੋਨਟਾਈਜ਼ ਲਈ ਡਨ ਹੋ ਗਿਆ ਵਾ ਹੁਣ ਇਹ ਡਾਲਰ ਜਿਹੜੇ ਆ ਕਮਾਉਣੇ ਸ਼ੁਰੂ ਕਰ ਦੇਗਾ ਸਾਡਾ ਇਹ ਸਾਰਾ ਕੁਝ ਓਕੇ ਹੋ ਗਿਆ ਚੈਨਲ ਦਾ ਇਹ ਹੁਣ ਬਿਲਕੁਲ ਐਲੀਜੀਬਲ ਹੈ ਐਡ ਹੁਣ ਇਹਦੇ ਉੱਤੇ ਚੱਲਣੀ ਜਿਹੜੀਆਂ ਵੀਡੀਓ ਦੇ ਉੱਤੇ ਸ਼ੁਰੂ ਹੋ ਜੇਗੀ ਇਹ ਹੁਣ ਸਾਨੂੰ ਪੁੱਛ ਰਿਹਾ ਕਿ ਕਿਸ ਟਾਈਪ ਦੀਆਂ ਐਡ ਤੁਸੀਂ ਚਲਾਉਣਾ ਚਾਹੁੰਦੇ ਹਜੇ ਤੇ ਸਾਨੂੰ ਤੇ ਸਾਰੀਆਂ ਚਾਹੀਦੀਆਂ ਨੇ ਤੇ ਇਸ ਕਰਕੇ ਅਸੀਂ ਸਾਰੀਆਂ ਦੇ ਉੱਤੇ ਮਾਰਕਿੰਗ ਕਰਾਂਗੇ ਤੇ ਹੁਣ ਇਹ ਕਰਦੇ ਆਂ ਨੈਕਸਟ ਨੈਕਸਟ ਕਰਨ ਤੋਂ ਬਾਅਦ ਵਿੱਚ ਅਸੀਂ ਓਕੇ ਕਰਾਂਗੇ ਮੋਨਟਾਈਜ਼ ਆਲ ਦੇ ਉੱਤੇ ਤੇ ਇਹ ਪੁੱਛੇਗਾ ਕਿ ਇੱਕ ਇੱਕ ਵੀਡੀਓ ਕਰਕੇ ਕਰਨਾ ਵਾ ਤੁਸੀਂ ਕਿ ਜਾਂ ਆਈ ਵਿਲ ਚੂਜ਼ ਕਰਨਾ ਵਾ ਆਈ ਵਿਲ ਯੂਜ਼ ਕਰਨਾ ਕਿ ਜਾਂ ਇੱਕੋ ਵਾਰ ਸਾਰਿਆਂ ਤੇ ਕਰਨਾ ਤੇ ਅਸੀਂ ਇੱਕੋ ਵਾਰ ਹੀ ਸਾਰਿਆਂ ਨੂੰ ਕਰ ਦੇਣਾ ਵਾ ਮੋਨਟਾਈਜ਼ ਆਨ ਕਰ ਦੇਣਾ ਤੇ ਜਿੱਦਾਂ ਹੀ ਓਕੇ ਕੀਤਾ ਤੇ ਸਾਰੀਆਂ ਵੀਡੀਓ ਦਾ ਮੋਨਟਾਈਜ਼ ਆਨ ਹੋ ਗਿਆ ਹੁਣ ਜਦੋਂ ਵੀ ਇਹ ਵੀਡੀਓ ਕਿਸੇ ਦੇ ਸਾਹਮਣੇ ਚੱਲੇਗੀ ਤੇ ਉਹਦੇ ਤੇ ਐਡ ਚੱਲੇਗੀ ਤੇ ਜਦੋਂ ਐਡ ਚੱਲੇਗੀ ਉਸ ਐਡ ਦਾ ਜਿਹੜਾ ਵਾ ਸਾਨੂੰ ਕਮਾਈ ਆਏਗੀ ਜਿਦੇ ਵਿੱਚੋਂ 40% YouTube ਰੱਖੇਗੀ ਤੇ 60% ਉਹ ਤੁਹਾਨੂੰ ਭੇਜੇਗੀ ਤੇ ਇਹ ਤੁਸੀਂ ਦੇਖ ਰਹੇ ਜੇ ਕਿ ਨਾਲ ਮੋਨਟਾਈਜੇਸ਼ਨ ਔਨ ਸਾਰੀਆਂ ਵੀਡੀਓ ਦੀ ਉੱਤੇ ਹਰਾ ਡਾਲਰ ਦਾ ਨਿਸ਼ਾਨ ਆ ਰਿਹਾ ਸਾਰੀਆਂ ਵੀਡੀਓ ਦਾ ਮੋਨਟਾਈਜੇਸ਼ਨ ਜਿਹੜਾ ਔਨ ਹੈ ਤੇ ਇਹ ਦੇਖ ਲੋ ਤੁਸੀਂ ਸਾਰੀਆਂ ਵੀਡੀਓ ਜਿਹੜੀਆਂ ਮੋਨਟਾਈਜ਼ ਹੋ ਗਈਆਂ ਨੇ ਏ ਨਾਨੇ 6 ਵੀਡੀਓ ਪਾਈਆਂ ਸੀ ਤੇ 6 ਵੀਡੀਓ ਦੇ ਵਿੱਚ ਸਾਡਾ ਵਾਚ ਟਾਈਮ ਜਿਹੜਾ ਹੈ ਵੀਡੀਓ ਦਾ ਕੰਪਲੀਟ ਹੋ ਚੁੱਕਿਆ ਆ ਹੁਣ ਤੁਸੀਂ ਥੱਲੇ ਦੇਖ ਰਹੇ ਹੋਗੇ ਯੂਅਰ ਐਸਟੀਮੇਟਰ ਵਨ ਨਿਊ ਜ਼ੀਰੋ ਜ਼ੀਰੋ ਹੈ ਕਿਉਂਕਿ ਇਹ ਅਜੇ ਅੱਜ ਹੀ ਸਾਡਾ ਚੈਨਲ ਮੋਨਟਾਈਜ਼ ਹੋਇਆ ਇਹ ਹੁਣ ਇੱਕ ਜਾਂ ਦੋ ਦਿਨ ਬਾਅਦ ਜਿਹੜਾ ਵਾ ਸਾਨੂੰ ਪੈਸੇ ਦੇਣੇ ਸ਼ੁਰੂ ਕਰੇਗਾ ਤੇ ਜਦੋਂ ਇਹ ਪੈਸੇ ਦੇਣੇ ਸ਼ੁਰੂ ਕਰੇਗਾ ਤੇ ਆਪਾਂ ਤੁਹਾਨੂੰ ਉਹ ਵੀ ਜਿਹੜੀ ਆ ਵੀਡੀਓ ਤੁਹਾਨੂੰ ਮੈਂ ਦੱਸਾਂਗਾ ਥੋੜਾ ਜਿਹਾ ਅਗਲੇ ਸਟੈਪ ਦੇ ਵਿੱਚ ਤੇ ਇਹ ਹੈ ਜੀ ਅਗਲਾ ਦਿਨ ਦੋ ਦਿਨ ਬਾਅਦ ਦਾ ਤੇ ਦੋ ਦਿਨ ਬਾਅਦ ਵਿੱਚ ਇਹਨੇ ਸਾਨੂੰ ਦਿੱਤੇ ਆ ਫਸਟ ਡੇ ਤੇ 3 ਡਾਲਰ 50 ਸੈਂਟ ਆਪਾਂ ਐਨਾਲਿਟਿਕ ਦੇ ਵਿੱਚ ਵੀ ਜਾ ਕੇ ਵੇਖਦੇ ਆ ਉੱਥੇ ਤੁਹਾਨੂੰ ਮੈਂ ਕੰਪਲੀਟ ਦੱਸ ਦਿੰਦਾ ਇਹ ਸਾਰਾ ਕੁਝ ਦੱਸੇਗਾ ਕਿਸ ਕਿਸ ਵੀਡੀਓ ਦੇ ਕਿੰਨੇ ਕਿੰਨੇ ਬਣੇ ਆ ਕਿੰਨੇ ਕਿੰਨੇ ਤੁਹਾਨੂੰ ਇੱਥੇ ਪਹੁੰਚੇ ਆ ਆਏ ਆ ਵਾਚ ਟਾਈਮ ਰਿਵੈਨਿਊ ਦੇ ਓਕੇ ਕਰਾਂਗੇ ਤੇ 3 ਡਾਲਰ 50 ਸੈਂਟ ਜਿਹੜਾ ਵਾ ਸਾਨੂੰ ਇਹ ਸ਼ੋਅ ਕਰ ਰਿਹਾ ਇਸ ਵੇਲੇ ਜੇ ਸਾਡੇ ਪਹਿਲੇ ਦਿਨ ਦੀ ਕਮਾਈ ਆ ਇਹਦੇ ਉੱਪਰ ਤੇ ਇਹ ਸਾਨੂੰ ਐਦਾਂ ਤੁਹਾਨੂੰ ਗ੍ਰਾਫ ਜਿਹੜਾ ਦਿਖਾਇਆ ਕਰੇਗਾ ਅੱਛਾ ਓਕੇ ਜੀ ਇਹ ਤੁਹਾਨੂੰ ਦੱਸ ਰਿਹਾ ਜੀ ਟੌਪ ਅਰਨਿੰਗ ਵੀਡੀਓ ਕਿਹੜੀਆਂ ਨੇ ਜਿੰਨਾ ਤੁਹਾਨੂੰ ਦੇਖੇ ਜਿਵੇਂ 8ਵੇਂ ਨੰਬਰ ਦਾ ਵਲੌਗ ਪਾਇਆ ਸੀ ਫੈਮਿਲੀ ਤੇ ਤੇ ਉਹ ਸਾਨੂੰ ਦੇਖ ਕੇ ਗਿਆ 1 ਡਾਲਰ ਤੋਂ ਉੱਪਰ ਤੇ ਇਦਾਂ ਹੀ ਜੇ ਇਹਦੀ ਕਮਾਈ ਹੋਏਗੀ ਤੇ ਬਾਕੀ ਇਹਦੇ ਵਿੱਚ ਕੁਝ ਸਟੈਪ ਜੇ ਅੱਗੇ ਨੇ ਐਡਸ ਨੂੰ ਵੈਰੀਫਾਈ ਕਰਨਾ ਆਪਣਾ ਟੈਕਸ ਇਨਫੋਰਮੇਸ਼ਨ ਭਰਨੀ ਆ ਜੋ ਪੈਨ ਕਾਰਡ ਦੇ ਨਾਲ ਭਰੀ ਜਾਵੇਗੀ ਤੇ ਇਦਾਂ ਹੀ ਆਪਾਂ ਜਿਹੜਾ ਸਾਰੀ ਜਿੰਨਾ ਵੀ ਹੈਗਾ ਵਾ ਉਹ ਅਗਲੀ ਵੀਡੀਓ ਜਿਹੜੀ ਆ ਅਗਲੇ ਦੇ ਵਿੱਚ ਮੈਂ ਅਗਲੇ ਅਗਲੀ ਵੀਡੀਓ ਦੇ ਵਿੱਚ ਬਣਾਵਾਂਗਾ ਸਾਰਾ ਕੁਝ ਤੇ ਤੁਹਾਨੂੰ ਸਾਰਾ ਕੁਝ ਉਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਉਮੀਦ ਆ ਜੀ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਸਮਝ ਲੱਗ ਗਈ ਹੋਊਗੀ ਕਿ ਕਿਵੇਂ-ਕਿਵੇਂ ਕੰਮ ਇਹਦੇ ਉੱਤੇ ਹੋਣਾ ਤੇ ਥੈਂਕ ਯੂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ